अशंक अंत
खंभा नालों
उड़ के तेनू ढूंढना कुछ हो सकता है आसान हो जाए। शब्द आया सी कि उड़न वाली कुंज नू मुखातब करके जीव विछड़िया होया जिहड़ा मिलना चाहता है, मिलना चाहता है ते ओ आकाश ते उड़ारियां लगांदी लंबियां लंबियां उड़ारियां भरदी कुंज नू वेखदा है, वेख के उहदे मन अंदर एक ख्वाहिश पैदा होती है कि जे भला मैनू खंभ लग जाते ये गल तो असंभव है, चलो इसे दी मदद लवा। शब्द सी बागे कापड़े कुछ चिट्टे रंग दी होंदी कुछ जदों भी उड़दी है नाल नाल बोलती रहती है लगातार बोलदियां जान। गुरु ने एहो गल शब्दावली विच पढ़ती पता लग जाए पछाण लाए रब रहा तो मैं जरूर दसी तद भी मिलना चाहता है ते जदों किसी नूं ढूंढदा है उदों भी मिलना चाहता है पर दोहां विच ज़मीन आसमान दा फर्क ते बस कीती सी ढूंढण वाला जिहड़ा है वो घर नहीं बैठा वो घर नहीं बैठा
ਉਹਦਾ ਘਰ ਦੇ ਲਈ ਬੈਠਾ ਦਿਨ ਰਾਤ ਤੁਰਿਆ ਫਿਰ ਕਿਤੇ ਢੂੰਡ ਵਾਸ ਕਿਉਂਕਿ ਕਿਸੇ ਨੂੰ ਢੂੰਡ ਰਿਹਾ ਪਤਾ ਨਹੀਂ ਕਈ ਕਈ ਦਿਨ ਕਈ ਕਈ ਮਹੀਨੇ ਕਈ ਜ਼ਿੰਦਗੀ ਦੇ ਕਈ ਜੀਵਨ ਦੇ ਵਰੇ ਉਹਦੇ ਬੀਤ ਜਾਂਦੇ ਨੇ ਢੂੰਡਦਿਆਂ ਘਰ ਨਹੀਂ ਬੈਠ ਸਕਦਾ ਅਤੇ ਇੱਕ ਖਿਆਲ ਕਰਿਓ ਜੇ ਆਦਮੀ ਘਰ ਛੱਡਦਾ ਹੈ ਉਹਦੇ ਘਰ ਦੀ ਕੀ ਹਾਲਤ ਹੋ ਜਾਂਦੀ ਹੈ ਤੁਸੀਂ ਆਪ ਹੀ ਸੋਚ ਸਕਦੇ ਹੋ ਦੋ ਚਾਰ ਦਿਨ ਆਪਾਂ ਘਰ ਛੱਡ ਦੇਈਏ ਘਰ ਵਿੱਚ ਧੂੜ ਮਿੱਟੀ ਚੜ ਜਾਂਦੀ ਹੈ ਸਫਾਈ ਨਹੀਂ ਹੁੰਦੀ ਕਿਉਂਕਿ ਮਾਲਕ ਘਰ ਨਹੀਂ ਇਹਦਾ ਮਤਲਬ ਹੈ ਕਿ ਜਿਹੜਾ ਆਦਮੀ ਢੁੰਡਦਾ ਹੈ ਉਹਦਾ ਘਰ ਜਿਹੜਾ ਹੈ ਉਹ ਬਦਸੂਰਤ ਹੋ ਜਾਂਦਾ ਹੈ ਕਿਉਂਕਿ ਉਹ ਆਪ ਤਾਂ ਘਰ ਬੈਠਾ ਨਹੀਂ ਸਫਾਈ ਕੌਣ ਕਰੇਗਾ ਸੰਭਾਲੇਗਾ ਘਰ ਨੂੰ ਕੌਣ ਇਹਨਾਂ ਮਤਲਬ ਢੁੰਡਣ ਵਾਲਾ ਜਿਹੜਾ ਮਨੁੱਖ ਹੈ ਉਹ ਘਰ ਬੈਠ ਨਹੀਂ ਸਕਦਾ ਇਹਦਾ ਮਤਲਬ ਇਹ ਹੋਇਆ ਕਿ ਉਹਦਾ ਘਰ ਬਦਸੂਰਤ ਹੋ ਜਾਂਦਾ ਤੇ ਇਸ ਦੇ ਉਲਟ ਹੁਣ ਦੂਜਾ ਪੱਖ ਉਹ ਹੈ ਉਡੀਕਣਾ ਜਦੋਂ ਕਿਸੇ ਨੂੰ ਉਡੀਕਣਾ ਹੋਵੇ ਉਦੋਂ ਘਰ ਛੱਡੀਦਾ ਨਹੀਂ ਉਲਟ ਵਿਚਾਰੋ ਉੱਥੇ ਘਰ ਬੈਠੀਦਾ ਨਹੀਂ ਜਦੋਂ ਕਿਸੇ ਨੂੰ ਉਡੀਕਣਾ ਹੋਵੇ ਫਿਰ ਘਰ ਛੱਡੀਦਾ ਨਹੀਂ ਕੋਈ ਫੋਨ ਵੀ ਕਰੇ ਨਾ ਕੋਈ ਆਖੇ ਮੈਨੂੰ 10 ਮਿੰਟ ਮੈਨੂੰ ਕੰਮ ਹੈ ਮਿਲ ਜਾ ਕਹਿੰਦਾ ਵੀ ਮੈਂ ਕਿਸੇ ਨੂੰ ਉਡੀਕ ਰਿਹਾ ਮਤ ਮੈਂ ਤੇਰੇ ਵੱਲ ਤੁਰਾਂ ਉਹ ਘਰੋਂ ਆ ਕੇ ਮੁੜ ਜਾਏ ਦੋਵਾਂ ਦੀ ਸੋਚ ਦਾ ਪਿੱਟ ਪੈ ਗਿਆ ਹੁਣ ਮਿਲਣਾ ਦੋਨੋਂ ਚਾਹੁੰਦੇ ਨੇ ਪਰ ਦੋਹਾਂ ਦਾ ਤਰੀਕਾ ਵਸੀਲਾ ਵੱਖਰਾ ਜਿਹੜਾ ਉਡੀਕਦਾ ਉਹ ਘਰ ਨਹੀਂ ਛੱਡ ਸਕਦਾ ਬਲਕਿ ਜਿਹੜਾ ਉਡੀਕ ਰਿਹਾ ਨਾ ਉਹ ਆਪਣਾ ਘਰ ਸਜਾ ਕੇ ਰੱਖਦਾ ਕਿਉਂਕਿ ਕਿਸੇ ਦੀ ਉਡੀਕ ਵਿੱਚ ਹੈ ਕਿਸੇ ਨੇ ਘਰ ਆਉਣਾ ਇਸ ਲਈ ਉਹ ਘਰ ਦੀ ਸਫਾਈ ਅੱਗੇ ਨਾਲੋਂ ਰੋਜ਼ਾਨਾ ਜ਼ਿੰਦਗੀ ਨਾਲੋਂ ਜ਼ਿਆਦਾ ਕਰਦਾ ਹੈ ਗੁਰੂ ਨੇ ਬੜੀ ਤਰੀਕਾ ਦੇ ਕਹਿਣ ਲੱਗੇ ਇਸ ਲਈ ਮੈਂ ਰੱਬ ਨੂੰ ਖੋਜਣ ਨਹੀਂ ਤੁਰਦਾ ਕਿਉਂਕਿ ਖੋਜਣ ਵਾਲੇ ਦੇ ਬੜੀ ਵੱਡੀਆਂ ਜ਼ਿੰਮੇਵਾਰੀਆਂ ਨੇ ਉਹ ਇਹ ਕਿ ਮਾਲਕ ਨੂੰ ਜਿਹਨੂੰ ਖੋਜ ਰਿਹਾ ਉਹਨੂੰ ਪਛਾਣਦਾ ਹੋਵੇ ਕਿ ਖੋਜਣ ਵਾਲੀ ਦੀ ਜ਼ਿੰਮੇਵਾਰੀ ਹੈ ਉਹਨੂੰ ਪਛਾਣਦਾ ਹੋਵੇ ਉਸ ਕਦੇ ਕੋਲੋਂ ਆ ਕੇ ਲੰਘ ਜਾਏ ਉਹਨੂੰ ਪਛਾਣੇ ਹੀ ਨਾ ਇਹ ਗੱਲ ਵੀ ਬੜੀ ਮੁਸ਼ਕਲ ਹੈ ਕੌਣ ਮਨੁੱਖ ਸੀਨੇ ਤੇ ਹੱਥ ਧਰ ਕੇ ਇਹ ਗੱਲ ਕਹਿ ਸਕਦਾ ਕਿ ਮੈਂ ਰੱਬ ਨੂੰ ਪਛਾਣਨਾ ਇਹ ਗੱਲ ਵੀ ਜ਼ਿੰਮੇਵਾਰੀ ਦੀ ਹੈ ਤੇ ਇਹ ਜ਼ਿੰਮੇਵਾਰੀ ਹੈ ਖੋਜਣ ਵਾਲੇ ਦੀ ਢੂੰਡਣ ਉਡੀਕਣ ਵਾਲੇ ਦੀ ਬਿਲਕੁਲ ਉਹਨੂੰ ਕੀ ਲੋੜ ਹੈ ਜਿਹੜਾ ਘਰ ਆਏਗਾ ਉਹ ਆਪ ਦੱਸੇਗਾ ਮੈਂ ਕੌਣ ਹਾਂ ਦਰਵਾਜ਼ਾ ਖੜਕਾਏਗਾ ਮੇਰੇ ਐਡਰੈਸ ਉਹਨੂੰ ਪਤਾ ਹੋਣਾ ਚਾਹੀਦਾ ਉਹ ਮੇਰੇ ਘਰ ਆ ਰਿਹਾ ਮੇਰਾ ਕੰਮ ਤਾਂ ਸਿਰਫ ਇਹ ਹੈ ਵੀ ਮੈਂ ਘਰੋਂ ਨਾ ਜਾਵਾਂ ਤੇ ਕਿਰਵਾਂ ਘਰ ਦੂਜਾ ਘਰ ਨੂੰ ਸਜਾ ਕੇ ਰੱਖਾਂ ਗੁਰੂ ਨੇ ਬਾਣੀ ਅੰਦਰ ਖਿਆਲ ਕਹਿਣ ਲੱਗੇ ਮੈਨੂੰ ਢੂੰਡਣ ਵਾਲੇ ਨਾਲੋਂ ਉਡੀਕਣ ਵਾਲਾ ਜ਼ਿਆਦਾ ਚੰਗਾ ਲੱਗਦਾ ਹੈ ਕਿਉਂਕਿ ਉਹ ਘਰ ਸਜਾ ਲੈਂਦਾ ਜਿਹੜਾ ਢੂੰਡਣ ਵਾਲਾ ਉਹ ਘਰ ਗਵਾ ਲੈਂਦਾ ਉਹਦਾ ਘਰ ਮਕਸੂਰਤ ਹੋ ਜਾਂਦਾ ਤੇ ਗੁਰੂ ਨੇ ਆਵਾਜ਼ ਦਿੱਤੀ ਕਹਿਣ ਲੱਗੇ ਆਪਾਂ ਸਵਾਰ ਲੈਣਾ ਇਹ ਤੂੰ ਮੇਰਾ ਘਰ ਸਵਾ ਆਪਣਾ ਘਰ ਸਵਾਰ ਲੈ ਤੇ ਮੈਨੂੰ ਮਿਲਣਾ ਚਾਹੁੰਦਾ ਮੈਨੂੰ ਮਿਲਣ ਲਈ ਤੂੰ ਆਪਾਂ ਸਵਾਰ ਲੈ ਇਹ ਫਰਕ ਹੈ ਆਪਣਾ ਘਰ ਹਿਰਦੇ ਦਾ ਘਰ ਸਜਾ ਰਹੇ ਬੈਠ
ਤੇ ਜਿਹੜਾ ਖੋਜਦਾ ਢੂੰਡਦਾ ਉਡੀਕਦਾ ਨਹੀਂ ਉਹਦੀ ਤਾਂ ਜ਼ਿੰਮੇਵਾਰੀ ਵੀ ਵੱਡੀ ਹੋ ਗਈ ਪਛਾਣ ਦਾ ਵੀ ਉਹ ਹੋਵੇ ਐਡਰੈਸ ਵੀ ਉਹਦੇ ਕੋਲ ਹੋਵੇ ਉਹਨੇ ਮੇਰੇ ਕੋਲ ਪਹੁੰਚਣਾ ਦੂਜੀ ਚੀਜ਼ ਇਹ ਕਿ ਘਰ ਬਰਬਾਦ ਹੋ ਜਾਣਾ ਕਿਉਂਕਿ ਉਹ ਘਰ ਸਜਾ ਨਹੀਂ ਸਕਦਾ ਘਰ ਰਹਿੰਦਾ ਹੀ ਨਹੀਂ ਲੋ ਢੂੰਡਣ ਵਾਲੇ ਨੂੰ ਖੰਭ ਚਾਹੀਦੇ ਨੇ ਉਡੀਕਣ ਵਾਲੇ ਨੂੰ ਤਾਂ ਖੰਭ ਨਹੀਂ ਚਾਹੀਦੇ ਥੋੜੀ ਤੇ ਪੈਰਾਂ ਕੋਲੋਂ ਕੰਮ ਵੀ ਨਹੀਂ ਲੈਣਾ ਬਾਹਰ ਨਿਕਲਦੇ ਹੀ ਨਹੀਂ ਖੰਭ ਵੀ ਚਾਹੀਦੇ ਨੇ ਤਾਂ ਖੋਜਣ ਵਾਲੇ ਨੂੰ ਢੂੰਡਣ ਵਾਲੇ ਨੂੰ ਚਾਹੀਦੇ ਨੇ ਉਡੀਕਣ ਵਾਲੇ ਨੂੰ ਬਿਲਕੁਲ ਨਹੀਂ ਲੋ ਇੱਥੋਂ ਹੁਣ ਬਾਬਾ ਕਬੀਰ ਜੀ ਦੇ ਇਸ ਸਲੋਕ ਵੱਲ ਆਪਾਂ ਵਧੀਏ ਬੜਾ ਖੂਬਸੂਰਤ ਖਿਆਲ ਦਿੱਤਾ ਕਹਿਣ ਲੱਗੇ ਮਨ ਨੂੰ ਇੱਛਾ ਤਾਂ ਹੋਈ ਰੱਬ ਨੂੰ ਮਿਲਣ ਦੀ ਐਸੀ ਗੱਲ ਨਹੀਂ ਇੱਛਾ ਹੋ ਗਈ ਰੱਬ ਨੂੰ ਮਿਲਣ ਦੀ ਪਰ ਉਡੀਕਣ ਦੀ ਥਾਂ ਤੇ ਢੂੰਡਣ ਤੋਂ ਪਿਆ ਥਾਂ ਥਾਂ ਪੈ ਫਿਰਦੇ ਨੇ ਫਿਰਦੇ ਭਾਵੇਂ ਰੱਬ ਨੂੰ ਮਿਲਣ ਲਈ ਨੇ ਪਰ ਕਹਿਣ ਲੱਗੇ ਨਤੀਜਾ ਕੀ ਹੈ ਅੱਜ ਇੱਥੇ ਇਸ ਸਾਹਿਬ ਦੇ ਡੇਰੇ ਤੇ ਰੱਬ ਆਏ ਉੱਥੇ ਚਲੋ ਲਓ ਇਸ ਤੀਰਥ ਤੇ ਗਿਆ ਰੱਬ ਮਿਲਦਾ ਹੈ ਉੱਥੇ ਚਲੋ ਆਖਰ ਜਿਹੜੇ ਤੀਰਥ ਯਾਤਰਾ ਕਰਦੇ ਨੇ ਉਹ ਵੀ ਤਾਂ ਰੱਬ ਨੂੰ ਮਿਲਣ ਇਹ ਸਮਝਦੇ ਨੇ ਰੱਬ ਪ੍ਰਸਤ ਰੱਬ ਤੀਰਥਾਂ ਤੇ ਵਸਦਾ ਇਹ ਗੱਲ ਵੱਖਰੀ ਹੈ ਗੁਰੂ ਨੇ ਬਾਣੀ ਵਿੱਚ ਕਮਾਦ ਦਿੱਤੀ ਕਹਿਣ ਲੱਗੇ ਨਾ ਤੂੰ ਆਵੇ ਬਸ ਤੀਰਥ ਲਾਈ ਹੈ ਤੀਰਥਾਂ ਤੇ ਨਹੀਂ ਬੈਠਾ ਪਰ ਜਿਹੜੇ ਤੀਰਥ ਨਹਾਣ ਜਾਂਦੇ ਨੇ ਉਹਨਾਂ ਕੋਲ ਪੁੱਛੋ ਕਿਸ ਲਈ ਜਾਂਦੇ ਨੇ ਰੱਬ ਪ੍ਰਸੰਨ ਹੁੰਦਾ ਉਹਨਾਂ ਦੇ ਮਨ ਦਾ ਇਹ ਖਿਆਲ ਹੈ ਵੀ ਤੀਰਥਾਂ ਤੇ ਹੋਰੇ ਰੱਬ ਬੈਠਾ ਜੇ ਉਹ ਡੇਰਿਆਂ ਵਿੱਚ ਜਾਂਦੇ ਨੇ ਤਾਂ ਇਸੇ ਖਿਆਲ ਨੂੰ ਜਾਂਦੇ ਨੇ ਇਸ ਡੇਰੇ ਵਿੱਚ ਰੱਬ ਰਹਿੰਦਾ ਪ੍ਰਭੂ ਰਹਿੰਦਾ ਇਸ ਸੰਤ ਕੋਲ ਪ੍ਰਭੂ ਰਹਿੰਦਾ ਢੂੰਡ ਉਹ ਰੱਬ ਦੀ ਕਰ ਰਹੇ ਨੇ ਪਰ ਉਹ ਥਾਂ ਥਾਂ ਭਟਕ ਰਹੇ ਨੇ ਅੱਜ ਇੱਥੇ ਕੱਲ੍ਹ ਉੱਥੇ ਜੇ ਉਹ ਗੁਰਦੁਆਰਿਆਂ ਵਿੱਚ ਜਾਂਦੇ ਨੇ ਜੇ ਉਹ ਠਾਕਰ ਦੁਆਰਿਆਂ ਵਿੱਚ ਜਾਂਦੇ ਨੇ ਤਾਂ ਆਖਰ ਜਿੱਥੇ ਵੀ ਕੋਈ ਜਾਂਦਾ ਇਸ ਖਿਆਲ ਨਾਲ ਜਾਂਦਾ ਹੈ ਵੀ ਇੱਥੇ ਰੱਬ ਰੱਬ ਮਿਲੇ ਡੇਰਿਆਂ ਵਿੱਚ ਜਾਣ ਵਾਲੇ ਵੀ ਰੱਬ ਦਾ ਘਰ ਸਮਝ ਕੇ ਜਾਂਦੇ ਨਤੀਜਾ ਇਹ ਨਿਕਲਦਾ ਹੈ ਕਿ ਢੂੰਡਣ ਵਾਲੇ ਰੱਬ ਦਾ ਘਰ ਸਮਝ ਕੇ ਅੱਜ ਇੱਥੇ ਕੱਲ੍ਹ ਉੱਥੇ ਪਰਸੋਂ ਉੱਥੇ ਤੁਰ ਜਾਂਦੇ ਔਰ ਉਹ ਅਜੀਬ ਗੱਲ ਇਹ ਹੈ ਕਿ ਜਿੱਥੇ ਵੀ ਉਹ ਜਾਂਦੇ ਨੇ ਉੱਥੋਂ ਦੀ ਮਰਿਆਦਾ ਆਪਣੀ ਹੁੰਦੀ ਹੈ ਉੱਥੋਂ ਦਾ ਉਪਦੇਸ਼ ਉੱਥੋਂ ਦੀ ਸਿੱਖਿਆ ਆਪਣੀ ਤੀਰਥਾਂ ਵਾਲਿਆਂ ਨੇ ਤਾਂ ਕਹਿੰਦੇ ਇੱਥੇ ਦਾਨ ਕਰੋ ਸਾਰਾ ਸੰਤਾਂ ਦੀ ਆਪਣੀ ਮਰਿਆਦਾ ਗੁਰਦੁਆਰਿਆਂ ਦੀ ਆਪਣੀ ਮਰਿਆਦਾ ਠਾਕਰ ਦੁਆਰਿਆਂ ਦੀ ਆਪਣੀ ਮਰਿਆਦਾ ਜਿੱਥੇ ਜਾਓਗੇ ਉਹੋ ਜਿਹੀ ਮਰਿਆਦਾ ਤੁਹਾਡੇ ਪੱਲੇ ਪਏਗੀ ਉਹੋ ਜਿਹੀ ਮਨ ਵਿਰਤੀ ਬਣੇਗੀ ਤੇ ਬਾਬਾ ਕਬੀਰ ਜੀ ਨੇ ਉਹ ਗੱਲ ਕਹਿ ਦਿੱਤੀ ਕਹਿਣ ਲੱਗੇ ਮਨ ਜਿਹੜਾ ਸੀ ਉਹ ਪੰਖੀ ਹੋ ਕੇ ਰੱਬ ਨੂੰ ਢੂੰਡਣ ਤੋਂ ਪਿਆ ਕਬੀਰ ਮਨ ਪੰਖੀ
क्षमा उनके काली काली नाल कदे औस दरते कदे औस दरते जा खड़का दे पलट तो रब मिल जाए। इच्छा चंगी है पर वसीला गलत है, सोच गलत है। इच्छा तो रब न मिल दी है, चंगी इच्छा पर ओ डूट दह दिस जाए। थां थां भटकदा फिरदा डेरिया ते तीर्थां ते मंदरां विच गुरुद्वारां विच रब नूं ढूंढण लई दिन रात भटकदा। कहन लगी कबीर मन पंखी भयो उड़ उड़दे दिस जाए। कहंदे ने नतीजा की निकलदा जो जैसी संगत मिले सो तैसो फल खा। जिथे भी जमदा उथों की संगत मिलती, भाव उथों का उपदेश मिलता, उथों के साधन मिलते हैं। हर कोई उथों की मर्यादा दसदा। मंदिर वाले अपने मगर लाना चाहते हैं, गुरुद्वार वाले अपने मगर लाना चाहते हैं। आप देखते ही हो अपनी अपनी दुकान चलाने लई हर कोई यह साबित करता है कि रब इत्थे रहिंदा। गुरुद्वारे वाले ने भी शुरू कर लिया कोई ना कोई कृष्णा जोड़ना लै इत्थे फलाने आया उन्हूं पाले च अखां मिल गईआं। इत्थे फलाना आया उहदे कोल तुरिया नहीं सी जांदा, आ के नमस्कार करन तो बाद उस वक्त उठ के तुरन लग पिया। भाव की रब इत्थे रहिंदा, इत्थे आने वाले मरहमत मिलती। किसी ने आखिया ससन लंघ जाओ तो मुक्ति मिल जाती। तो आखिर तो एक वखरा वखरा करिश्मा दिखा के अपनी संगत विच जोड़ना सी। ते बाबा कबीर जी ने वो गल कह दी, कहन लगे थां थां ओहो ही भटकेगा ना जिहड़ा ढूंढ रिहा, जिहड़ा उड़ीक रहा है क्यों भटकेगा, वो तो अपना घर संवारेगा। कहन लगे कबीर मन पंखी भयो, मन अंदर एक इच्छा तो रब नूं इन्नी प्रबल ते बलवान इच्छा है कि मन पलां च रब नूं मिलना चाहता है। जिहड़ा छेती मिला देवे सिर ते हाथ धरे बस उन्हूं मत्था टेक हाँ ते आखे बस तेरे अंदर रब प्रगट हो गए। उत्थे जावे कबीर मन पंखी भयो उड़ उड़ दह दिस जाए। पर उनका नतीजा यह होया कि जो जैसी संगत करे संगत मिले सो तैसो फल खाए। ज्यों दी संगत जिथे पहुंचन नाल जिथे जान नाल ज्यों दी संगत मिलती है ओहो जिहा उन्हूं फल मिल जाता। भाव जीवन में वो गुण पैदा हो जाते, गुण ही तो फल ने। उस चीज की श्रद्धा उस चीज के गुण पैदा हो गए, फिर उस चीज दिफत उस चीज का नाम पैदा हो गया। बाबा कबीर कहते हैं जो जैसी संगत मिले सो तैसो फल खाए। हम अगली तो करते अगले श्लोक में बड़ा खूबसूरत जवाब देते हैं। कहते हैं जिन्हों खोजता सन जिन्हों लोग खोज रहे सन भी उनका टिकाणा लभ जाए। कोई तीर्थां नूं उनका टिकाणा समझ रहा है, कोई डेरियां नूं उनां दा टिकाणा समझ रहा है, कोई ठाकर वाले ते गुरुद्वारां नूं उनका टिकाणा समझ रहा है। हर कोई उत्थे उत्थे भटक रहा है जिथे उन्हें पता लगता सी इत्थे रब दा घर है, रब दा टिकाणा। हुण बाबा कबीर दा श्लोक आते कहिंदे ने खोजन दिन रात लोग दौड़ रहे सन कबीर जाको खोजते पायो सोई ठौर। इत्थे इक लफ्ज़ जरूर रखना है, इत्थों ही भुलेखा खा गया है क्योंकि इत्थे गल ठौर दी चल रही है।
और तो मतलब उनका ठिकाना ठिकाना और कहने लगे मैं रब का ठिकाना ढूंढ रहा सा रब कितने रहते हैं जिन्हों ठिकाने का ही नहीं पता उन्हें मिलना की मिलना तब नहीं गल लगे पंखे बन के थां थां भटक के वक् वक् मर्यादा विच ग्रसे जाके औखा हो के भटक के रब दे टिकाने दी ढूंढ कर रहा सा पर मैनू हुण टिकाने दा पता लग गया इत्थे क्योंकि गल टिकाने दी है बड़ा फर्क है टिकाना होर चीज है टिकण वाला होर चीज है टिकाना दा मतलब होंदा घर है जिसे टिकदा है टिकण वाला मतलब होंगे जो उस टिकाने से टिकया होता हूँ इस श्लोक में दोबारा पढ़े ढूंढदा सा ते उस ठिकाने नू रब दे ठिकाने नू समझ के कदी मंदरा कदी मस्जिदा कदी ठाकर मारिया कदी डेरिया कदी तीर्था ते थां थां भटक रहा सा ते उना दी मर्यादा ते उना दे उपदेश विच अपने आप नू दस रहा सा कहन लगे हुण मैनू ठिकाना लग गया लफ़ज़ ठिकाना तो बनता है कबीर जाको खोजते पायो सोई ठौर ठिकाना लग गया वो ठिकाना केड़ा है लो अगली लाइन अंदर स्पष्ट कर ले कहने लगे कबीर जाको खोजते ਟਿਕਾਣਾ ਬਾਹਰੋਂ ਪਟੋਂਦਾ ਫਿਰਦਾ ਸਨ ਵੀ ਉਸ ਗੁਰਦੁਆਰੇ ਵਿੱਚ ਹੈ ਉਸ ਠਾਕਰ ਦੁਆਰੇ ਵਿੱਚ ਹੈ ਉਸ ਮੰਦਰ ਮਸਜਿਦ ਡੇਰੇ ਵਿੱਚ ਹੈ ਉਹ ਟਿਕਾਣਾ ਤਾਂ ਹੁਣ ਮੈਨੂੰ ਲੱਭ ਗਿਆ ਮੈਨੂੰ ਪਤਾ ਲੱਗ ਗਿਆ ਮੈਂ ਆਪ ਹੀ ਉਹ ਟਿਕਾਣਾ ਸੋਈ ਫਿਰ ਕੇ ਤੂੰ ਹੋਊਗਾ ਪਤਾ ਲੱਗ ਗਿਆ ਤੂੰ ਹੀ ਉਹ ਟਿਕਾਣਾ ਹੈ ਜਿਹਦੇ ਵਿੱਚ ਰੱਬ ਰਹਿੰਦਾ ਹੈ ਇੱਥੋਂ ਆ ਕੇ ਫਿਰ ਭੁਲੇਖਾ ਖਾ ਗਿਆ ਤੂੰ ਰੱਬ ਦਾ ਟਿਕਾਣਾ ਹੈ ਰੱਬ ਨਹੀਂ ਆ ਸੂਖਸ਼ਮ ਜਿਹੇ ਪੈਦੇ ਨੇ ਫਿਰ ਸਾਨੂੰ ਭੁਲੇਖੇ ਵਿੱਚ ਪਾ ਦਿੱਤਾ ਸ੍ਰੀ ਗੁਰੂ ਗ੍ਰੰਥ ਸਾਹਿਬ ਨੇ ਬਾਹਰ ਪਾ ਕੇ ਗੱਲ ਦ੍ਰਿੜ ਕਰਾਈ ਕਿ ਰੱਬ ਸਾਰਿਆਂ ਵਿੱਚ ਰਹਿੰਦਾ ਹੈ ਘੱਟ ਘੱਟ ਮੈਂ ਹਰਜੂ ਬਸੈ ਤੂੰ ਸਭਨੀ ਥਾਈ ਜਿੱਥੇ ਹੋਂ ਜਾਈ ਸਾਚਾ ਸਿਰਜਣ ਹਾਰ ਜੀਉ ਸਭਨਾ ਕਾ ਦਾਤਾ ਕਰਮ ਵਿਧਾਤਾ ਦੁੱਖ ਵਿਸਾਰਨ ਹਾਰ ਜੀਉ ਗੁਰੂ ਨੇ ਗੱਲ ਬਾਰ ਬਾਰ ਸਮਝਾਈ ਭਰਿਆ ਤੂੰ ਉਹਦੀ ਠੌਰ ਹੈ ਟਿਕਾਣਾ ਹੈ ਰੱਬ ਤੇਰੇ ਵਿੱਚ ਰਹਿੰਦਾ ਇਹਦੇ ਚ ਮਗਨ ਤਾਂ ਬਿਲਕੁਲ ਨਹੀਂ ਹੁੰਦਾ ਇੱਥੋਂ ਤੱਕ ਮੈਂ ਤੇਰੇ ਨਾਲ ਭਰਿਆ ਰੱਬ ਹਰ ਥਾਂ ਤੇ ਰਹਿੰਦਾ ਰੱਬ ਤੇਰੇ ਅੰਦਰ ਰਹਿੰਦਾ ਬਾਹਰ ਢੂੰਡਣ ਤੇ ਛੂਟ ਪਰੀ ਗੁਰ ਘਰ ਹੀ ਮੈਂ ਦਿਖਾਇਆ ਥਾ ਗੁਰੂ ਨੇ ਇਹ ਸਾਬਤ ਕਰ ਦਿੱਤਾ ਕਿ ਤੂੰ ਹੀ ਉਹਦਾ ਟਿਕਾਣਾ ਹੈ ਕੋਈ ਠੌਰ ਜਿਹੜੀ ਹੈ ਜਿਹੜੀ ਮੈਂ ਬਾਹਰ ਢੂੰਡਦਾ ਸਾਂ ਉਹ ਮੈਨੂੰ ਪਤਾ ਲੱਗ ਗਿਆ ਕਿ ਤੂੰ ਆਪ ਹੀ ਉਹਦੀ ਠੌਰ ਹੈ ਆ ਫਰਕ ਹੈ ਮੈਨੂੰ ਰੱਬ ਢੂੰਡਣ ਕਿਤੇ ਬਾਹਰ ਜਾਣ ਦੀ ਲੋੜ ਨਹੀਂ ਪੈਂਦੀ
ਰੱਬ ਨੂੰ ਮਿਲਣਾ ਹੋਵੇ ਮੈਂ ਕਿਸੇ ਹੋਰ ਟਿਕਾਣੇ ਨਹੀਂ ਜਾਂਦਾ, ਨਾ ਮੈਂ ਕਿਸੇ ਤੀਰਥਾਂ ਤੇ ਜਾਣਾ, ਮੈਂ ਕਿਸੇ ਨਾ ਸਾਧ ਸੰਤ ਦਾ ਸਹਾਰਾ ਲੈਣਾ, ਮੈਂ ਅੰਦਰ ਝਾਤ ਮਾਰਨਾ, ਮੈਨੂੰ ਅੰਦਰ ਹੀ ਰੱਬ ਦਿਸ ਪੈਂਦਾ। ਸੁਣ ਸਕੀ ਜੀ ਮੈਂ ਪੀ ਵਸੈ ਪੀ ਮੈਂ ਵਸੇ ਕੇ ਜੀਉ ਜੀਉ ਪੀਉ ਬੂਝੇ ਨਹੀਂ ਕਰਨ ਘੱਟ ਮੈਂ ਜੀਉ ਕੇ ਪੀਉ। ਮੈਂ ਤਾਂ ਇਹ ਹੀ ਨਹੀਂ ਪਤਾ ਲੱਗਦਾ ਜਿਹੜਾ ਮੇਰੇ ਅੰਦਰ ਮੈਨੂੰ ਜਗਾ ਰਿਹਾ ਹੈ, ਮੈਨੂੰ ਚੇਤਨਤਾ ਦੇ ਰਿਹਾ ਹੈ, ਉਹ ਮੇਰਾ ਜੀਉ ਹੈ ਕਿ ਉਹ ਉਹ ਹੀ ਮੇਰਾ ਪੀਉ ਹੈ, ਫਰਕ ਹੀ ਕੋਈ ਨਹੀਂ। ਭਾਵ ਸ਼ਬਦ ਇੱਥੇ ਇਹ ਕੀਤਾ ਜਾ ਰਿਹਾ ਠੋਰ ਕੀ, ਪਰ ਮੈਨੂੰ ਕਹਿਣਾ ਪੈਂਦਾ ਅੱਜ ਉਹ ਵੀ ਵੀਰ ਨੇ ਜਿਹੜੇ ਠੌਰ ਨੂੰ ਹੀ ਟਿਕਾਣੇ ਨੂੰ ਹੀ ਰੱਬ ਲਾਈ ਬੈਠੇ। ਗੁਰੂ ਨੇ ਬਾਬਾ ਕਬੀਰ ਜੀ ਨੇ ਵੀ ਅੱਜ ਦੇ ਸ਼ਬਦ ਅੰਦਰ ਸਪਸ਼ਟ ਗੱਲ ਆਖੀ, ਕਹਿਣ ਲੱਗੇ ਮੈਂ ਉਹ ਟਿਕਾਣਾ ਲੱਭ ਰਿਹਾ। ਕਬੀਰ ਜਾਕੋ ਖੋਜਦੇ ਪਾਇਓ ਸੋਈ ਠੌਰ, ਮੈਂ ਉਹ ਟਿਕਾਣਾ ਲੱਭ ਲਿਆ, ਮੈਨੂੰ ਹੁਣ ਟਿਕਾਣੇ ਬਦਲਣ ਦੀ ਲੋੜ ਨਹੀਂ। ਮੈਨੂੰ ਪਤਾ ਲੱਗ ਗਿਆ ਹੈ ਕਿ ਜਿਹੜਾ ਟਿਕਾਣਾ ਮੈਂ ਹੁਣ ਤੱਕ ਭੁੱਲਦਾ ਸਾਂ ਉਹ ਭਲਿਆ, ਉਹ ਕਬੀਰ ਜਿਹੜਾ ਟਿਕਾਣਾ ਭੁੱਲ ਭਾਲਦਾ ਸੀ ਉਹ ਟਿਕਾਣਾ ਤੇ ਤੂੰ ਆਪ ਹੈ। ਪਾਇਓ ਸੋਈ ਠੌਰ, ਸੋਈ ਫਿਰ ਕਹਿ ਤੂੰ ਹੁਆ, ਜਾਂ ਕੋ ਕਹਿਤਾ ਔਰ, ਜਿਹਨੂੰ ਹੁਣ ਤੱਕ ਤੂੰ ਹੋਰ ਸਮਝਦਾ ਸੀ ਕਿਤੇ ਹੋਰ ਜਾਵਾਂ ਰੱਬ ਨੂੰ ਲੱਭ ਕੇ ਆਵਾਂ ਰੱਬ ਨੂੰ ਮਿਲ ਕੇ ਆਵਾਂ, ਤੂੰ ਅੰਦਰ ਹੀ ਝਾਤ ਮਾਰ, ਤੈਨੂੰ ਰੱਬ ਬਾਹਰੋਂ ਭਾਲਣ ਦੀ ਲੋੜ ਹੀ ਨਹੀਂ ਪੈਣੀ। ਸੋਈ ਫਿਰ ਕਹਿ ਤੂੰ, ਇਹਦਾ ਮਤਲਬ ਰੱਬ ਤੇਰੇ ਅੰਦਰ ਰਹਿੰਦਾ ਹੈ, ਤੂੰ ਰੱਬ ਦਾ ਟਿਕਾਣਾ ਹੈ, ਰੱਬ ਦਾ ਘਰ ਹੈ। ਪਰ ਵੇਖੀ ਕਿਤੇ ਇੱਥੇ ਆ ਕੇ ਵੀ ਨਾ ਭੁੱਲ ਜਾਏ ਤੇ ਤੂੰ ਰੱਬ ਦਾ ਟਿਕਾਣਾ ਬਣਨ ਦੀ ਬਜਾਏ ਆਖੇ ਰੱਬ ਹੀ ਮੈਂ। ਅੱਜ ਦਾ ਦੁੱਖ ਜਿਹੜਾ ਉਹ ਹੈ ਕਿ ਅਸੀਂ ਇਹ ਸਮਝਣ ਲੱਗ ਪਏ ਹਾਂ ਜੇ ਰੱਬ ਮੇਰੇ ਅੰਦਰ ਰਹਿੰਦਾ ਤੇ ਮੈਂ ਹੀ ਰੱਬ ਹਾਂ, ਤੂੰ ਰੱਬ ਨਹੀਂ, ਰੱਬ ਦਾ ਟਿਕਾਣਾ ਹੈ, ਤੂੰ ਕੁਦਰਤ ਦਾ ਹਿੱਸਾ ਹੈ, ਕਾਦਰ ਨੇ ਤੈਨੂੰ ਬਣਾਇਆ ਹੈ, ਜੀਉ ਪਾਏ ਪਿੰਡ ਜਿਨ ਸਾਜੇ ਆਰੋ ਪੜਨੇ, ਜੀਉ ਪਾਏ ਪਿੰਡ ਜਿਨ ਸਾਜਿਆ ਦਿੱਤਾ ਪਹਿਨਣ ਖਾਣ, ਆਪਣੇ ਦਾਸ ਕੀ ਆਪ ਪੈ ਰਾਖੀ ਨਾਨਕ ਸਭ ਕੁਝ। ਜਿਹਨੇ ਜੀਉ ਪਿੰਡ ਵਿੱਚ ਰੱਖ ਦਿੱਤਾ, ਪਿੰਡ ਦੀ ਸਾਜਨਾ ਕੀਤੀ ਵਿੱਚ ਜੀਉ ਰੱਖ ਦਿੱਤਾ, ਜੀਵਨ ਦੇ ਦਿੱਤਾ, ਫਿਰ ਉਸ ਜੀਵਨ ਨੂੰ ਸੰਭਾਲ ਰਿਹਾ, ਜਿਹਨੂੰ ਪਾਈ ਬੇਦਨੀ ਸੋਈ ਕਰਦਾ ਸਾਰ। ਇਸ ਲਈ ਇੱਕ ਗੱਲ ਸਮਝ ਲਈ, ਹੈ ਰੱਬ ਤੇਰੇ ਅੰਦਰ, ਤੈਨੂੰ ਕਿਤੋਂ ਬਾਹਰੋਂ ਭਾਲਣ ਦੇ ਠੌਰੋਂ ਦਾ ਟਿਕਾਣਾ ਭੁੱਲੇ ਬਾਹਰ, ਪਰ ਆਪਣੇ ਆਪ ਨੂੰ ਰੱਬ ਨਾ ਆਖੀ, ਇਹ ਆਖੀ ਹੇ ਨਿਰੰਕਾਰ ਤੂੰ ਬੜੀ ਬਖਸ਼ਿਸ਼ ਕੀਤੀ ਮੇਰੇ ਜੀਵਨ ਨੂੰ, ਇਸ ਸਰੀਰ ਨੂੰ, ਇਸ ਜੀਵਨ ਨੂੰ ਤੂੰ ਆਪਣਾ ਟਿਕਾਣਾ ਬਣਾ ਲਿਆ। ਬਸ ਗੁਰੂ ਨੇ ਬਾਬਾ ਕਬੀਰ ਜੀ ਨੇ ਇਹੋ ਗੱਲ ਅਗਲੇ ਸਲੋਕ ਵਿੱਚ ਸਮਝਾ ਦਿੱਤੀ ਤੇ ਆਖਿਆ ਪਹਿਲੇ ਵਸੀ ਰੱਬ ਹੈ ਆਲੀਏ
पन को जन जाई काहे रे पन को जन जाई स्वरूप निवासी सदा अरे पा तो ही संग समाई तेरे नाम ना था तू बहुत ढूंढ दा पूर्ण कह लगे इसलिए तू अपने जीवन नु ए मुबारक दे कि रब ने तेरे जीवन को अपना घर मान लिया कभी मेरे जग को खोज दे आयो सोई घर बनाइए आप सवार कर सवारी घर सजा के रखिए ये उनका घर है उनका ठिकाना है रब न बनिए रब का घर बनिए ताकि अंदर चात मार मार के ये वेखिए वो साडे नाल रहिंदा है साडे तो दूर नहीं तो ही संग समाए वो तेरे नाल रहता है अब कबीर जी ने अज का यह श्लोक एक भुलेखा दूर कर दिया गुरु बख्शिश करे इन्हों शब्दों नाल के माता जा चुका बुलाओ वाहेगुरु जी का खालसा।